ਜੈ ਸ਼੍ਰੀ ਰਾਮ ਸਾਰੇ ਵੀਰਾਂ ਨੂੰ ਜੈ ਪਰਸ਼ੂਰਾਮ ਜੀ ਆਸ਼ਾ ਵੀਰੋ ਗੱਲ ਕਰਨ ਜਾ ਰਹੇ ਆ ਅੱਜ ਇੱਕ ਅਖੌਤੀ ਜੇ ਕਲਾਕਾਰ ਦੀ ਜਿਹਨੂੰ ਕਿ ਭੱਲਾ ਵੀ ਕਹਿੰਦੇ ਆ ਜਸਵਿੰਦਰ ਭੱਲਾ ਚਾਟਵਾ ਬੜੀ ਬੜੀਆਂ ਵੀਡੀਓਆਂ ਦੀਆਂ ਬਚਪਨ ਤੋਂ ਦੇਖਦੇ ਆਏ ਆ ਚਲੋ ਬੜੇ ਖੁਸ਼ ਵੀ ਹੁੰਦੇ ਸੀ ਪਰ ਜਿਹੜਾ ਥੋੜੇ ਦਿਨਾਂ ਤੋਂ ਉਹਨੇ ਕੰਮ ਫੜ ਲਿਆਣਾ ਜਿਹੜੀ ਆ ਉਹਨੇ ਪਿੱਛੇ ਜੇ ਵੀ ਇੱਕ ਵੀਡੀਓ ਬਣਾਈ ਆ ਪੰਡਤਾਂ ਬਾਰੇ ਕਿ ਪੰਡਤਾਂ ਬਾਰੇ ਕੀ ਬੋਲਿਆ ਸੀ ਉਹਨੇ ਪੰਡਤਾਂ ਨੂੰ ਜਸਵਿੰਦਰ ਭੱਲਾ ਨਾ ਤਾਂ ਜਿਹੜਾ ਪੰਡਤ ਹੁੰਦਾ ਆ ਆਡਰਪੋਕ ਹੁੰਦਾ ਆ ਤੇ ਨਾ ਹੀ ਮਜ਼ਾਕ ਦਾ ਪਾਤਰ ਹੁੰਦਾ ਆ ਇਹ ਗੱਲ ਧਿਆਨ ਰੱਖੀ ਇਹ ਗੱਲ ਪਿਛਲੀ ਵੀਡੀਓ ਚ ਵੀ ਸਮਝਾਤੀ ਸੀ ਤੈਨੂੰ ਅਸੀਂ ਜਸਵਿੰਦਰ ਭੱਲਾ ਆ ਪੰਡਤ ਤੇਰੇ ਲੁਧਿਆਣੇ ਦਾ ਆ ਜਿੱਥੇ ਮਰਜ਼ੀ ਟੱਕਰ ਲਈ ਜਿੱਥੇ ਮਰਜ਼ੀ ਟੱਕਰ ਲਈ ਠੀਕ ਆ ਜਿੱਥੇ ਮਰਜ਼ੀ ਵੇਖ ਲਈ ਜਦੋਂ ਮਰਜ਼ੀ ਵੇਖ ਲਈ ਤੈਨੂੰ ਇਹ ਗੱਲ ਦੱਸ ਦਈਏ ਆ ਪੰਡਤ ਤੇਰੇ ਲੁਧਿਆਣੇ ਦਾ ਆ ਤੂੰ ਕਹਿਣਾ ਨਾ ਬਾਮਨ ਡਰਪੋਕ ਹੁੰਦੇ ਆ ਆ ਬਾਮਨ ਨੇ ਤੇਰੇ ਪਿੱਛੇ ਬਾਹ ਪੋਣੀ ਹੂ ਤੇ ਨਵੀਂ ਨਿਕਲ ਦੱਸ ਦਈਏ ਅਸ਼ਾ ਵੀਰੋ ਇਹ ਜਿਹੜਾ ਭੱਲਾਣਾ ਇਹਨੇ ਬੜੀ ਬਕਵਾਸ ਬਾਜੀ ਕੀਤੀ ਆ ਇਦਾਂ ਉਦਾਂ ਹੁਣ ਇਹ ਆਂਡੇ ਪਿਸ਼ਾਬ ਕਰਨ ਵੀ ਘਰੋਂ ਬਾਹਰ ਸੋਚ ਸਮਝ ਕੇ ਨਿਕਲਦਾ ਆ ਉਹਦਾਂ ਦਾ ਜਦੋਂ ਦਾ ਇਹਨੂੰ ਪਤਾ ਲੱਗਾ ਆ ਸਾਡੇ ਕੁਝ ਵੀਰਾਂ ਦੇ ਤੇ ਕਾਰਵਾਈ ਪੁਆਈ ਆ ਆ ਬੰਦਾ ਫੋਨ ਸਾਡੇ ਕੋਈ ਵੀਰਾਂ ਨੇ ਕਾਰਵਾਈ ਪੁਆਈ ਆ ਇਹਦੇ ਉੱਤੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਗਏ ਸੀ ਪਰ ਮੈਂ ਬੜੇ ਦੁੱਖ ਦੇ ਨਾਲ ਕਹਿ ਰਿਹਾ ਆ ਕਿ ਪੁਲਿਸ ਨੇ ਇਹ ਭੱਲੇ ਦੀ ਵੀਡੀਓ ਪ੍ਰੂਫ ਸਭ ਕੁਝ ਹੁੰਦੇ ਹੋયા ਵੀ ਇਹਦੇ ਤੇ 295 ਦਾ ਪਰਚਾ ਨਹੀਂ ਘਟਿਆ ਠੀਕ ਆ ਤੇ ਹੁਣ ਮੈਂ ਲੁਧਿਆਣਾ ਪੁਲਿਸ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਲੁਧਿਆਣਾ ਪੁਲਿਸ ਕੀ ਸਾਬਤ ਕਰਨਾ ਚਾਹੁੰਦੀ ਆ ਮਤਲਬ ਕੀ ਗੱਲ ਉਹ ਚਾਹੁੰਦੀ ਆ ਵੀ ਹਿੰਦੂ ਇਕੱਠਾ ਹੋ ਕੇ ਇਹ ਤੇ ਲੁਧਿਆਣੇ ਦਾ ਚੱਕਾ ਜਾਮ ਕਰਨਾ ਜਿੱਦਾਂ ਕਿਸਾਨ ਦਿੱਲੀ ਦੇ ਵਿੱਚ ਪਹੁੰਚੇ ਆ ਹੁਣ ਇਹ ਚਾਹੁੰਦੇ ਆ ਵੀ ਇਹ ਲੁਧਿਆਣਾ ਜਾਮ ਕਰ ਦਈਏ ਸਾਰਾ ਸੋ ਵੀਰੋ ਜਸਵਿੰਦਰ ਭੱਲੇ ਦੇ ਉੱਤੇ ਜਿਹੜਾ ਕੰਪਲੇਂਟ ਲਿਖਾਈ ਜੀ ਸਾਡੇ ਵੀਰਾਂ ਨੇ ਜੇ ਜਸਵਿੰਦਰ ਭੱਲੇ ਦੇ ਉੱਤੇ ਪਰਚਾ ਨਾ ਕਟਿਆ ਗਿਆ ਪਰਛਾਛਨ ਨੂੰ ਲੁਧਿਆਣਾ ਪੁਲਿਸ ਨੂੰ ਮੈਂ ਵਾਰਨਿੰਗ ਕਰਦਾ ਆ ਜੇ ਜਸਵਿੰਦਰ ਭੱਲੇ ਦੇ ਕਾਰਵਾਈ ਨਾ ਕੀਤੀ ਮੈਂ ਸੋਨੀ ਭਲਵਾਨ ਪੰਜਾਬ ਪ੍ਰਧਾਨ ਸਨਾਤਨੀ Hindu Tiger Force Organization ਇਹ ਮੇਰਾ ਵੀ ਵਿਕਰਮ ਸ਼ਰਮਾ ਲੁਧਿਆਣੇ ਤੋਂ ਲੁਧਿਆਣੇ ਪੁਲਿਸ ਨੂੰ ਮੈਂ ਵਾਰਨਿੰਗ ਕਰਦਾ ਆ ਕਿ ਜੇ ਜਸਵਿੰਦਰ ਭੱਲੇ ਉੱਤੇ ਪਰਚਾ ਕੱਟ ਕੇ ਨੂੰ ਜੇਲ੍ਹ ਦੇ ਵਿੱਚ ਨਾ ਪਾਇਆ ਤੇ ਜੇ ਜਸਵਿੰਦਰ ਭੱਲੇ ਦੇ ਛਤਰ ਅਹੀ ਮਾਰਦੇ ਤੇ ਫਿਰ ਸਾਨੂੰ ਨਾ ਤੁਸੀਂ ਕਹੋ ਤੁਸੀਂ ਹੀ ਕਾਨੂੰਨ ਆਪਣੇ ਹੱਥਾਂ 'ਚ ਲਿਆ ਆ ਕਿਉਂਕਿ ਤੁਸੀਂ ਨਾ ਇਹ ਬੰਦੇ ਕਿਸੇ ਦੇ ਕੱਟਦੇ ਜੇ ਪਰਚਾ ਹਿੰਦੂ ਵਿਰੋਧੀ ਦੇ ਠੀਕ ਆ ਤੇ ਜੇ ਜੇ ਅਸੀਂ ਛੇਤਰਾ ਮਾਰਦੇ ਤੇ ਫਿਰ ਤੁਸੀਂ ਕਹਿਣਾ ਵੀ ਕਾਨੂੰਨ ਲੈ ਲਿਆ ਹੱਥਾਂ ਦੇ ਵਿੱਚ ਠੀਕ ਆ ਤੇ ਸਾਨੂੰ ਕਾਨੂੰਨ ਹੱਥਾਂ ਦੇ ਵਿੱਚ ਲੈਣ ਨੂੰ ਮਜਬੂਰ ਨਾ ਕਰੋ ਠੀਕ ਆ ਤੇ ਤੁਸੀਂ ਪਰਚਾ ਕੱਢਦੇ ਵਧੀਆ ਗੱਲ ਹੈ ਵਧੀਆ ਗੱਲ ਆ ਤੇ ਜੇ ਬਾਅਦ 'ਚ ਅਸੀਂ ਐਕਸ਼ਨ ਲਿਆ ਤੇ ਫਿਰ ਤੁਸੀਂ ਕਹਿਣਾ ਵੀ ਤੁਸੀਂ ਕਾਨੂੰਨ ਜਿਹੜਾ ਆ ਹਿੰਦੂ ਮੁੰਡੇ ਆਪਣੇ ਹੱਥਾਂ ਦੇ ਵਿੱਚ ਲੈਂਦੇ ਹੋ ਆ ਕਰੋ ਗੱਲ ਗਰਮ ਨਾਲ ਇੱਕ ਗੱਲ ਮੈਂ ਹੋਰ ਕਹਿ ਦਲਣਾ ਚਾਹੂੰਗਾ ਕਿ ਅਸੀਂ ਬਚਪਨ ਤੋਂ ਪੱਲੇ ਨੂੰ ਦੇਖਦੇ ਆ ਰਹੇ ਆ ਲੇਕਿਨ ਪੱਲੇ ਨੂੰ ਦੇਖੋ ਤੇ ਕੀ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਤਾਂ ਲੱਗਾ ਕਿਉਂਕਿ ਇਹਦੇ ਨਾਲ ਬਾਲ ਮਕੰਦ ਸ਼ਰਮਾ ਵੀ ਹੁੰਦਾ ਆ ਬਾਲਾ ਠੀਕ ਹੈ ਜਿਹਦਾ ਜਿਹਦਾ ਜਿਹਨੂੰ ਜਿਹਨੂੰ ਬਾਲਾ ਕਹਿੰਦੇ ਆ ਬਾਲਾ ਉਹ ਵੀ ਬਾਹਮਣੇ ਆ ਇਹ ਉਹ ਵੀ ਬਾਹਮਣੇ ਆ ਠੀਕ ਹੈ ਨਾ ਕਦੀ ਉਹਨੂੰ ਕੋਈ ਸ਼ਰਮ ਹੈ ਉਹਨੂੰ ਹਾਂ ਚਾਰ ਪੈਸਿਆਂ ਦੀ ਖਾਤਰ ਨਾ ਕਦੀ ਉਹਨੂੰ ਸ਼ਰਮ ਮਈ ਆਈ ਹੈ ਕਿ ਕਿ ਪੱਲਾ ਜੀ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਰਹਿੰਦੇ ਹੋ ਭੱਲੇ ਨੂੰ ਕਿੱਥੋਂ ਬਾਮੰਡਰਪੋਕ ਦਿਖਦਾ ਯਾਰ ਭੱਲਾ ਸਾਡੀ ਹਿੱਕ 'ਚ ਵਾਜ ਲਵੇ ਲੈ ਦੱਸ ਦਾਂਗੇ ਬਾਮੰਡਰਪੋਕ ਹੁੰਦਾ ਜਾਂ ਕੀ ਹੁੰਦਾ ਜਾਂ ਜਿੱਦਾਂ ਉਹ ਵੀਡੀਓ 'ਚ ਦਿਖਾ ਰਿਆ ਸੀ ਨਾ ਬਾਲੇ ਦੇ ਦਾਦੇ ਨੂੰ ਸਾਡੇ ਨਾਲ ਦੇਖ ਲਵੇ ਦਲੇਰ ਭੱਲਿਆ ਸ਼ਰਿਆਮ ਤੈਨੂੰ ਚੈਲੰਜ ਕਰਦੇ ਹਿੱਕ ਦੇ ਵਿੱਚ ਵਜ ਜੇ ਆਪਣੀ ਮੰਨ ਲੈ ਦੁੱਧ ਪੀਤਾ ਹੀ ਦੇ ਤੂੰ ਅਨਾਂ ਬਾਮੰਡਰਪੋ ਹੋ ਗਿਆ ਠੋਕੇ ਰੱਖ ਦਾਂਗੇ ਭੈਣ ਚੋਦਾ ਤੈਨੂੰ ਦੱਸਾਂ ਤੈਨੂੰ ਬਾਮੰਡਰਪੋ ਗਿਆ ਕਿ ਦਲੇਰਿਆ ਤੈਨੂੰ ਸਾਰਾ ਪਤਾ ਲੱਗ ਜਾਊਗਾ ਠੀਕ ਆ ਤੂੰ ਫਿਲਮਾਂ ਦਾ ਕਮੈਂਟ ਤਾੜੀ ਤੇਰੀ ਚਿੱਟਕੀ ਹੋ ਗਈ ਆ ਪਰ ਅਗਲੇ ਦਿਨ ਕੋਡੀ ਦੀ ਨਹੀਂ ਗਈ ਤੈਨੂੰ ਮੈਂ ਦੱਸਾਂ ਤੇਰਾ ਮੂੰਹ ਕਾਲਾ ਕਰਕੇ ਨਾ ਭੱਲਿਆ ਤੇ ਸਪੈਸ਼ਲ ਖੋਤਾ ਭਾਵੇਂ ਸਾਨੂੰ ਗੱਡੀ ਜਿਲਾ ਤੇ ਲਿਆਉਣਾ ਪਵੇ ਛੋਟੇ ਹਾਥੀ ਦੇ ਤੇ ਤੈਨੂੰ ਭਾ ਕੇ ਛੋਟੇ ਹਾਥੀ ਦੇ ਉਹ ਖੋਤਾ ਲਾ ਕੇ ਉੱਥੋਂ ਤੇਰਾ ਮੂੰਹ ਕਾਲਾ ਕਰਕੇ ਤੇ ਸਾਰੇ ਲੁਧਿਆਣੇ ਸ਼ਹਿਰ ਦਾ ਤੈਨੂੰ ਚੱਕਰ ਘਟਾਵਾਂਗੇ ਤੂੰ ਜਿਹੜਾ ਬਾਂਬੜਾ ਨੂੰ ਟਾਰਗੇਟ ਕਰਦਾ ਆ ਮਾਰ ਮਾਰ ਜੁੱਟੀਆਂ ਤੈਨੂੰ ਸਿੱਧਾ ਕਰਦਾਂਗੇ ਤੈਨੂੰ ਇੰਨੀ ਗੱਲ ਦੱਸ ਦਈਏ ਆ ਕਰ ਕਰ ਲੁਧਿਆਣਾ ਪੁਲਿਸ ਨੂੰ ਸਾਡੀ ਬੇਨਤੀ ਆ ਵਾਰਨਿੰਗ ਕਰ ਬਿੰਦੀ ਨਹੀਂ ਕਰਦੇ ਹੁੰਦੇ ਲੈ ਫਿਰ ਵਾਰਨਿੰਗ ਆ ਸੋਨੀ ਕਹਿੰਦਾ ਵਾਰਨਿੰਗ ਦੇ ਵਾਰਨਿੰਗ ਦੇ ਚੇਤਾਵਨੀ ਆ ਨਹੀਂ ਕਰਦੇ ਹੁੰਦੇ ਕੀ ਜੋ ਇਹੜੀ ਬਕਵਾਸ ਭੱਲੇ ਨੇ ਕੀਤੀ ਆ ਬ੍ਰਾਹਮਣ ਕਮਿਊਨਿਟੀ ਦੇ ਉੱਤੇ ਉਹਦੇ ਲਈ ਭੱਲੇ ਉੱਤੇ ਪਰਚਾ ਦਰਜ ਹੋਵੇ ਨਹੀਂ ਤਾਂ ਹੁਣ ਜਿੰਨਾ ਕੀ ਤਰ ਦੱਸਦੇ ਵੀ ਕੀ ਕਰਾਂਗੇ ਜੇ ਹੁਣ ਭੱਲੇ ਉੱਤੇ ਪਰਚਾ ਦਰਜ ਨਹੀਂ ਹੁੰਦਾ ਉਹਦੇ ਵਕਤ ਨੂੰ ਕਹਿ ਮਕੇਰੀਆਂ ਨੇ ਕੰਡਕਟ ਕਰ ਲਿਓ ਵੀ ਕੀ ਹੋਇਆ ਹੈ ਉੱਥੇ ਆਹ ਹੁਸਾਜ ਪਰ ਛਛਨ ਨਾਲ ਦੱਸ ਦੇ ਕਿਹੜਾ ਮਕੇਰੀਆਂ ਪਰ ਛਛਨ ਦੇ ਨਾਲ ਜੋ ਪ੍ਰੈਸ਼ਰ ਬਣਿਆ ਦੱਸ ਦੇ ਵੀ ਲੁਧਿਆਣਾ ਪੁਲਿਸ ਨੂੰ ਪੁੱਛ ਕੇ ਵੇਖ ਲਓ ਮਕੇਰੀਆਂ ਪੁਲਿਸ ਦੇ ਉੱਤੇ ਸਾਡੇ ਗਰੁੱਪ ਦਾ ਜੋ ਪ੍ਰੈਸ਼ਰ ਬਣਿਆ ਆ ਤੇ ਸਾਡੇ ਬੈ ਬੈਨੀ ਵੀਰ ਦਾ ਜੋ ਉਹਦੇ ਨੂੰ ਇਨਸਾਫ ਮਿਲਿਆ ਆ ਇਦਾਂ ਤੇ ਹੀ ਜਿਹੜਾ ਹੈਗਾ ਆ ਉਹ ਫੇਰ ਲੁਧਿਆਣਾ ਪੁਲਿਸ ਉੱਤੇ ਵੀ ਪਏਗਾ ਪ੍ਰੈਸ਼ਰ ਸਾਡੇ ਸਮਾਜ ਦਾ ਪੁਲਿਸ ਨੂੰ ਕਹਿ ਵੀ ਕੰਟੈਕਟ ਕਰਕੇ ਉਹਨਾਂ ਨਾਲ ਵੇਖ ਲਓ ਪੁਲਿਸ ਵਾਲਿਆਂ ਨਾਲ ਵੀ ਕੀ ਬਣਿਆ ਆ ਇਸ ਕਰਕੇ ਸਾਡੀ ਇਸ ਕਰਕੇ ਸਾਡੀ ਵਾਰਨਿੰਗ ਆ ਬੂੰਦੀਆਂ ਨਹੀਂ ਕਰੀਦੀਆਂ ਹੁੰਦੀਆਂ ਇਸ ਕਰਕੇ ਸਾਡੀ ਵਾਰਨਿੰਗ ਆ ਕਿ ਭਈ ਇਹਦੇ ਉੱਤੇ 295 ਦਾ ਪਰਚਾ ਦਿੱਤਾ ਜਾਵੇ ਤੇ ਹੋਰ ਵੀ ਜਿਹੜੇ ਵੀ ਇਦਾਂ ਦੇ ਕੁੱਤੇ ਬਿੱਲੇ ਹੈਗੇ ਆ ਜਿਹੜੇ ਬਹਾਮਣਾਂ ਉੱਤੇ ਬੋਲਦੇ ਆ ਉਹਨਾਂ ਨੂੰ ਵੀ ਥੋੜੀ ਜੀ ਮੱਤ ਆਵੇ ਬਾਕੀ ਪਰਵਾਨ ਭਾਈ ਸਾਹਿਬ ਮੇਰੀ ਗੱਲ ਸੁਣੋ ਬੇਂਦੀਆਂ ਬੰਦੀਆਂ ਬੜੀ ਹੋ ਗਈਆਂ ਉਹ ਬੇਂਦੀ ਕਿਹੜੀ ਬੇਂਦੀ ਐਂ ਤੇ ਜਿਹੜਾ ਭੱਲਾ ਆ ਨਾ ਐਂ ਤੇ ਭੱਲੇ ਨੂੰ ਮਾਰਨਾ ਹੈ ਛਤਰ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਸਾਡੀ ਸਿੱਧੀ ਗੱਲ ਜੀ ਚਾਹੇ ਸਾਡੇ ਦੇ ਪਰਚੇ ਕੱਢ ਦੋ ਦੋਵਾਂ ਦੀ ਸ਼ਕਲ ਵੇਖ ਲੋ ਸਾਡੇ ਦੀ ਅੱਲ੍ਹ ਦਿਹਾਣੀ ਦਾ ਹੀ ਏ ਮੈਂ ਜੀ ਨਾਲੇ ਤੋਂ ਬੋਲਦਾ ਜੇ ਤੇ ਜੇ ਭੱਲੇ ਦੇ ਪੁਲਿਸ ਨੇ ਕੋਈ ਕਾਰਵਾਈ ਨਾ ਨਾ ਕੀਤੀ ਤੇ ਭੱਲੇ ਦੇ ਅਸੀਂ ਮਾਰਾਂਗੇ ਜੁੱਤੀਆਂ ਤੇ ਜੁੱਤੀਆਂ ਮਾਰਾਂਗੇ ਟਕਾ ਆਗੇ ਸਿੱਧੀ ਗੱਲ ਮੈਂ ਕਹਿਣਾ ਜੇ ਆਨ ਰਿਕਾਰਡ ਠੀਕ ਆ ਬੇਂਤੀਆਂ ਮੂਤੀਆਂ ਅਸੀਂ ਬੜੀਆਂ ਕਰਤੀਆਂ ਨੇ ਬਹੁਤ ਅਸੀਂ ਟਾਰਗੇਟ ਕਰਾ ਲਿਆ இந்து ਧਰਮ ਨੂੰ ਆਪਣੇ ਪੰਡਤ ਭਰਾਵਾਂ ਨੂੰ ਠੀਕ ਆ ਤੇ ਵੀਰੋ ਇਹ ਭੱਲੇ ਉੱਤੇ ਕਾਰਵਾਈ ਕਰਾਉਣੀ ਆ ਠੀਕ ਆ ਮੇਰੇ ਭਰਾ ਕਿਸੇ ਦਾ ਇਹ ਭੱਲਾ ਜਦੋਂ ਵੀ ਉੱਠਦਾ ਕੋਈ ਵੀਡੀਓ ਪਾਉਂਦਾ ਆ ਤੇ ਬਹਾਮਣਾ ਬਾਰੇ ਬਕਵਾਸ ਕਰ ਦਿੰਦਾ ਆ ਭੱਲਿਆ ਤੂੰ ਜਿਹੜੀ ਕੁੜੀ ਦੇਣੀ ਆ ਨਾ ਬਹਾਮਣਾ ਨੂੰ ਆ ਬਹਾਮਣਾ ਦਾ ਮੁੰਡਾ ਹੀ ਆ ਮੇਰੇ ਲਾਗੇ ਇਹਨੂੰ ਕੁੜੀ ਤੋੜ ਦੇ ਆਪਣੀ ਦੱਸ ਕਰਾਂਗੇ ਰਿਸ਼ਤਾ ਕੁੜੀ ਆਪਣੀ ਦਾ ਵਿਕਰਮ ਨੂੰ ਕੁੜੀ ਤੇਰੀ ਤਾਂ ਡੋਲਾ ਲੈ ਕੇ ਜਾਣੇ ਆ ਉੱਥੇ ਲੋਗਲ ਹੀ ਆ ਲੈ ਦੇਣੇ ਦੇ ਵਿੱਚ ਹੀ ਉੱਥੇ ਹੀ ਜੰਜ ਲਾਗੇ ਦੀ ਲਾਗੇ ਚੱਲ ਜਾਣੀ ਆ ਕਿੱਥੇ ਰਹਿੰਦਾ ਆ ਭੱਲਾ ਪਤਾ ਨਹੀਂ ਇਹ ਰਹਿੰਦਾ ਆ ਮਨ ਦਾ ਹੈਬੋਲਕ ਨਹੀਂ ਰਹਿੰਦਾ ਆ ਅੱਛਾ ਹੈਬੋਲਕ ਨਹੀਂ ਰਹਿੰਦਾ ਆ ਕੋਈ ਗੱਲ ਨਹੀਂ ਜਿੱਥੇ ਵਰੀਂਦਾ ਹੋਊਗਾ ਗੱਡੀਆਂ ਵਧ ਕਰ ਲਾਂਗੇ ਜਦੋਂ ਰਿਸ਼ਤਾ ਫਿਰ ਕਰਨਾ ਆਈਆਂ ਭੱਲਿਆ ਬਹਾਮਣਾ ਨਾਲ ਰਿਸ਼ਤਾ ਕਰਨਾ ਨੇ ਚੰਗੀ ਤਰ੍ਹਾਂ ਕਰ ਆਪਣੀ ਕੁੜੀ ਦਾ ਠੀਕ ਆ ਕੁੜੀ ਤੇਰੀ ਸਾਡਾ ਭਰਾ ਪੂਰਾ ਖੁਸ਼ ਰੱਖੂਗਾ ਤੇ ਇੰਨੀ ਗੱਲ ਤੇ ਨੂੰ ਅਸੀਂ ਗੱਲ ਭੱਲਿਆ ਦੱਸ ਦਈਏ ਬਹਾਮਣਾ ਦੇ ਕਮੈਂਟ ਕਮੈਂਟ ਕਰ ਰਹਾ ਉਹ ਹਟ ਜਾ ਠੀਕ ਆ ਨਹੀਂ ਤੇ ਜੁੱਤੀਆਂ ਤੇਰੀਆਂ ਉਹ ਮਾਰਾਂਗੇ ਨਾ ਭੱਲਿਆ ਤੇਰਾ ਮੂੰਹ ਕਰਕੇ ਕਾਲਾ ਤੇ ਖੋਤਾ ਲਿਆ ਆ ਕੇ ਛੋਟੇ ਹੱਥੀ ਦੇ ਖੋਤਾ ਲਾ ਕੇ ਤੈਨੂੰ ਉੱਤੇ ਲੱਦ ਕੇ ਤੱਲੇ ਲੁਧਿਆਣੇ ਸ਼ਹਿਰ ਦੇ ਪੂਰੇ ਦੇ ਚੱਕਰ ਕਟਾਵਾਂਗੇ ਤੈਨੂੰ ਉਹ ਇਹੜੇ ਚਪਲ ਮਾਰ ਦਿੰਦਾ ਜਿਹੜਾ ਇਹਨਾਂ ਕੰਮ ਕਰਦਾ ਇੱਕ ਜੈ ਚੰਦ ਹਿੰਦੂਆਂ ਦਾ ਬਾਲਾ ਇਹਨੂੰ ਮੈਂ ਬਾਲੇ ਨੂੰ ਪੁੱਛਣਾ ਚਾਹੁੰਨਾ ਕੁੱਤਿਆ ਤੈਨੂੰ ਕੋਈ ਸ਼ਰਮ ਨਹੀਂ ਓਏ ਹੈ ਤੂੰ ਚਾਰ ਪਿਆਹਾਂ ਦੀ ਖਾਤਰ ਤੂੰ ਬਾਹਮਣਾਂ ਦੇ ਬਾਹਮਣਾਂ ਦੀ 베ਜ ਦੀ ਕਰਉਣਾ ਆ ਗਾਣਾ ਕਢਉਣਾ ਆ ਬਾਹਮਣਾਂ ਨੂੰ ਇਹਨੂੰ ਇਤਕੋ ਸ਼ਰਿਆਮ ਭੱਲੇ ਨੂੰ ਉਹ ਬਾਲਮਕੰਨ ਦਾ ਸ਼ਰਮਾ ਬਾਲਿਆ ਤੂੰ ਹੋ ਸ਼ਰਮ ਕਰ ਲੈ ਤੂੰ ਤੇ ਬਾਹਮਣਿਆ ਕਿ ਤੂੰ ਵੀ ਜੈ ਚੰਦ ਆ ਠੀਕ ਆ ਸੋ ਭੱਲਿਆ ਇਹ ਗੱਲ ਅੱਗੇ ਤੋਂ ਧਿਆਨ ਰੱਖੀ ਬਾਹਮਣਾਂ ਦੇ ਕੋਈ ਵੀਡੀਓ ਪਾਉਂ ਤੋਂ ਪਹਿਲਾਂ ਨਾ ਆਪਣੇ ਦੋ ਜਵਾਈਆਂ ਨੂੰ ਚੇਤਾ ਰੱਖੀ ਇਹ ਦੋ ਜਵਾਈ ਤੇਰੇ ਕੋਲ ਆੜ ਮੱਜ ਨੇ ਲੁਧਿਆਣੇ ਠੀਕ ਆ ਸਾਨੂੰ ਲੁਧਿਆਣਾ ਚੰਡੀਗੜ੍ਹ ਕੋਈ ਦੂਰ ਨਹੀਂਗਾ ਆ ਬਲਾ ਜਿਹੜੀ ਬੈਠੀ ਆ ਨਾ ਲੁਧਿਆਣੇ ਦੀ ਬੈਠੀ ਆ ਮੇਰੇ ਲਾਗੇ ਸੋ ਵੀਰੋ ਮੇਰੀ ਇਹ ਵੀਡੀਓ ਵੱਤੋ ਵੱਤ ਸ਼ੇਅਰ ਕਰਦੇਓ ਠੀਕ ਆ ਪੁਲਿਸ ਪ੍ਰਸ਼ਾਸਨ ਕਰੂਗਾ ਕਾਰਵਾਈ ਠੀਕ ਆ ਨਹੀਂ ਤੇ ਅਸੀਂ ਖੇਤਰ ਮਾਰਾਂਗੇ ਫਿਰ ਸਾਡੇ ਦੇ ਕਾਰਵਾਈ ਕਰਦੇ ਕਿਉਂਕਿ ਤੁਹਾਨੂੰ ਪਤਾ ਹੈ ਹਿੰਦੂਆਂ ਦੀ ਸੁਣਵਾਈ ਤੇ ਇਹਨਾਂ ਨੇ ਕਰਨੀ ਨਹੀਂ ਨੀ ਪੁਲਸ ਵਾਲਿਆਂ ਨੇ ਜਿਹੜੀ ਪੰਜਾਬ ਪੁਲਸ ਆ ਠੀਕ ਆ ਜਦੋਂ ਅਸੀਂ ਛੇਤਰ ਮਾਰਦੇ ਫਿਰ ਸਾਡੇ ਦੇ ਨਾਲੇ ਕਾਰਵਾਈ ਜ਼ਰੂਰ ਕਰਦੇ ਨਹੀਂ ਆ ਤੇ ਇੰਨੀ ਗੱਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿ ਦਣਾ ਚਾਹੁੰਦਾ ਆ ਕਿ ਤੁਸੀਂ ਸਾਡੀ ਗੱਲ ਹੋਂਤ ਨਹੀਂ ਸੁਣਦੇ ਸਾਡੇ ਬੰਦਿਆਂ ਨੇ ਉੱਥੇ ਕੰਪਲੇਂਟ ਕਰਾ ਕੇ ਆਏ ਆ ਇਹ ਸਾਡੇ ਬੰਦੇ ਨਾ ਤੁਸੀਂ ਇਹਦੇ ਪਰਚਾ ਕੱਟਿਆ ਭੱਲੇ ਦੇ ਜਦੋਂ ਅਸੀਂ ਭੱਲੇ ਦੇ ਮਾਰੇ ਨਾ ਛੇਤਰ ਤੇ ਨਾਲ ਇਹਦਾ ਕੀਤਾ ਮੂੰਹ ਕਾਲਾ ਤੇ ਫਿਰ ਸਾਡੇ ਦੇ ਉਹ ਜਿਹੜੇ ਪਰਚੇ ਕੱਟਨੇ ਕੱਟਦੇ ਹੋ ਜੇਲਾਂ 'ਚ ਪਾਉਣਾ ਪਾ ਦਿਓ ਗ੍ਰਿਫਤਾਰੀ ਕਰਨੀ ਕਰਦੇ ਹੋ ਇਹ ਜੇਲਾ ਕੋਈ ਨਵੀਂ ਆਣੀ ਵੇਖਣੀਆਂ ਜੇਲਾ ਸਾਡਾ ਘਰ ਨੇ ਹਾਂ ਵਿਕਰਮ ਕਰ ਜੜੀ ਗੱਲ ਕਰਨੀ ਲਾਸਟ ਫਿਰ ਕਰੀਏ ਬਾਅਦ ਬੱਲਿਆ ਉਹ ਬੱਲਿਆ ਧਿਆਨ ਰੱਖੀ ਤੂੰ ਹੱਥ ਚੰਦ ਪੈਸਿਆਂ ਦੇ ਲਈ ਜਿਹੜਾ 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 ਕਦੀ ਜਿਹੜਾ ਕਦੀ ਤੂੰ ਬ્રાਹਮਣਾਂ ਨੂੰ ਟਾਰਗੇਟ ਕਰਦਾ ਆ ਜਾਂ ਕਿਸੇ ਹੋਰ ਨੂੰ ਹੋਰ ਨੂੰ ਤੇ ਸਾਨੂੰ ਕੀ ਠੇਕ ਆ ਕਿਉਂਕਿ ਸਾਡੇ ਹੱਕ ਦੇ ਵਿੱਚ ਆ ਕੇ ਤਾਂ ਕੋਈ ਖੜਦਾ ਨਹੀਂ ਇਸ ਕਰਕੇ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਅਸੀਂ ਆਪਣੀ ਗੱਲ ਕਰਦੇ ਆ ਸਾਡੇ ਕੌਮ ਨੂੰ ਟਾਰਗੇਟ ਕਰਨਾ ਬੰਦ ਕਰ ਦੇ ਹੁਣ ਪੰਜਾਬ ਦਾ ਜਿਹੜਾ ਹਿੰਦੂ ਆ ਨਾ ਉਹ ਬੇਸੁੱਧ ਨਹੀਂ ਹੈਗਾ ਤਨੂੰ ਐਸਾ ਸਬਕ ਸਿਖਾਵਾਂਗੇ ਕਿ ਯਾਦ ਰੱਖੇਗਾ ਭੱਲਿਆ ਮਕੇਰੀਆਂ ਦੇ ਵਿੱਚ ਪੁੱਛ ਲਈ ਪੁਲਸ ਵਾਲਿਆਂ ਨੂੰ ਕੀ ਬਣਿਆ ਉੱਥੇ ਕੱਲ ਐਸਐਸਪੀ ਨੂੰ ਪੁੱਛ ਲਈ ਡੀਐਸਪੀ ਨੂੰ ਪੁੱਛ ਲਈ ਥਾਣੇਦਾਰ ਨੂੰ ਪੁੱਛ ਲਈਆਂ ਉੱਥੇ ਠੀਕ ਆ ਵੀ ਕੀ ਬਣਿਆ ਆ ਡੀਐਸਪੀ ਰਵਿੰਦਰ ਹੀ ਐਸਐਸਪੀ ਗਰਗੀ ਦੇ ਐਸਐਚਓ ਬਲਵਿੰਦਰ ਸਿੰਘ ਹੀ ਪੁੱਛ ਲਈ ਉਹਨਾਂ ਨੂੰ ਤੇ ਹੁਣ ਨੈਕਸਟ ਨੰਬਰ 13 ਆਇਆ ਠੀਕ ਆ ਕੰਪਲੇਂਟ ਗਈ ਆ ਪਰਚਾ ਪੁਲਿਸ ਨੇ ਤੇ ਕੱਟਦਾ ਠੀਕ ਆ ਇਹ ਅਹੀਂ ਪੁਲਿਸ ਦੇ ਕੋਈ ਬਾਲੇ ਤਰਨੇ ਤੁਰ ਲਈ ਜਣੀ ਹੁਣ ਮਾਰਨੇ ਅਹੀਂ ਮਾਰਾਂਗੇ ਇਹ ਦੇ ਛਤਰ ਫਿਰ ਜਿਹੜੀ ਕਾਰਵਾਈ ਪੁਲਿਸ ਨੇ ਸਾਡੇ ਦੇ ਕਰਨੀ ਉਹ ਕਰ ਦਿਓ ਤੇ ਜਿਹੜਾ ਇਹ ਦੇ ਨਾਲ ਜੈ ਚੰਦ ਰਹਿੰਦਾ ਆ ਹਿੰਦੂਆਂ ਦਾ ਜੈ ਚੰਦ ਆ ਜਿਹੜਾ ਇਹ ਦੇ ਨਾਲ ਬ੍ਰਾਹਮਣ ਆ ਬਾਲਾ ਜਿਹੜਾ ਚਾਰ ਪਹੀਆਂ ਦੀ ਖਾਤਰ ਲੱਗੇ ਬਹਿ ਗਏ ਬਾਹਮਣਾਂ ਦਾ ਮਜ਼ਾਕ ਢਵਾਉਂਦਾ ਆ ਬਾਲਾ ਤੈਨੂੰ ਵੀ ਵਾਰਨਿੰਗ ਈ ਤੂੰ ਹੀ ਦੂਆਂ ਦਾ ਜੈ ਚੰਦ ਆਂਦੀ ਤੇ ਛਤਰ ਤੇਰੇ ਹੀ ਵਜਣੀ ਇਹਦੇ ਨਾਲ ਪੱਲੇ ਦੇ ਵਿਰੋਧ ਨਹੀਂ ਕੀਤਾ ਕੱਲੇ ਤੇਰੇ ਇਹਦੇ ਪੱਲੇ ਬਾਲੇ ਤੇ ਨਹੀਂ ਇਹਦੇ ਨਹੀਂ ਵਜਣੇ ਪੱਲੇ ਦੇ ਤੇਰੇ ਵੀ ਨਾਲ ਵਜਣੇ ਤੂੰ ਬਾਹਮਣ ਹੋ ਗਿਆ ਤੂੰ ਬਾਹਮਣਾਂ ਦੀ ਬੇਇੱਜ਼ਤੀ ਕਰਾਈ ਜਾਂਦਾ ਇਹਦੇ ਲਾਗੇ ਬੈ ਕੇ ਮੈਂ ਕਹਿੰਦਾ ਦੁਰ ਫੜੇ ਮੂੰ ਤੇਰੇ ਵਰਗੇ ਜੈ ਚੰਦ ਦਾ ਬਾਲਿਆ ਹੈ ਤੂੰ ਬਗਵਾਸ ਕਰਦਾ ਤੂੰ ਲਾਗੇ ਬੈਠਾ ਹੁਣ ਇਹ ਤੂੰ ਹੀ ਡੱਕ ਸਕਦਾ ਵੀ ਤੂੰ ਇੱਕ ਬਾਹਮਣ ਆ ਤੂੰ ਬਾਹਮਣ ਕਮਿਊਨਿਟੀ ਨੂੰ ਕਿਉਂ ਟਾਰਗੇਟ ਕਰਾ ਕਰੋ ਨਾ ਪਿਆ ਲਾਗੇ ਬੈਠ ਕੇ ਚਾਰ ਪੈਸੇ ਦੀ ਖਾਤਰ ਚਾਰ ਪੈਸੇ ਦੀ ਖਾਤਰ ਤੂੰ ਹੀ ਆਪਣਾ ਲੋਕ ਤਾਂ ਵੇਚ ਦਿੰਦੇ ਯਾਰ ਦੋਰ ਫੜੇ ਮੂੰ ਬੱਲਿਆ ਤੇਰੀ ਕਰਤੂਦ ਹੈ ਮੈਂ ਦੇਖਣਾ ਤੇਰੇ ਅਗੇ ਬੰਦੇ ਨੂੰ ਮਰ ਜਣਾ ਚਾਹੀਦਾ ਸ਼ਰਮ ਦੇ ਨਾਲ ਹੀ ਸੋ ਭੱਲੇ ਨੂੰ ਮੇਰੀ ਲਾਸਟ ਵਾਰਨਿੰਗ ਹੈ ਭੱਲਿਆ ਤੇਰੀ ਜੇ ਵੀਡੀਓ ਅੱਗੇ ਗਾਂ ਤੋਂ ਬੰਮੜਾ ਬਰੇ ਗਈ ਆ ਗਈ ਨਾ ਤੇ ਤੈਨੂੰ ਫਿਰ ਅਸੀਂ ਆਪ ਨੇ ਜੱਠਾਂਗੇ ਪ੍ਰਸ਼ਾਸਨ ਪਰਸ਼ੂਸ਼ਣ ਨਹੀਂ ਬੋਧੇ ਤਰ ਲੈਣੀ ਹੁਣ ਮਾਰਦੇ ਇਹ ਮੇਰੀ ਵੀਡੀਓ ਜਿਹੜੀ ਹੈ ਨਾ ਸ਼ੇਅਰ ਇਸ ਕਰਕੇ ਕਰ ਦਿਓ ਵਾਦੋ ਵਾਦ ਜਸਵਿੰਦਰ ਭੱਲੇ ਦਾ ਕੋ ਭੇਜ ਦਿਓ ਸਪੈਸ਼ਲ ਉਹਨੂੰ WhatsApp ਨੰਬਰ ਤੇ ਵੀ ਸੈਂਡ ਕਰ ਦਿਓ ਠੀਕ ਆ ਚਲੋ ਮੇਰੇ ਵੀਰਾਂ ਨੂੰ ਸਾਰੇ ਵੀਰਾਂ ਨੂੰ ਜੈ ਸ਼੍ਰੀ ਰਾਮ ਜੈ ਭਗਵਾਨ ਪਸ਼ੂ ਰਾਮ